ਆਂਦਾ ਉਹ ਸੀ ਉਹ ਜਗਾ ਰਹਿਮਤੁਲਾਹ ਉਹਦਾ ਦਿਲ ਕਾਬਤੁਲਾਹ ਸਰ ਜਾ ਕੇ ਮੈਨੂੰ ਲਿਖਿਆ ਇਹਨੇ ਕਿ ਆਦਮ ਇਸਮ ਜਿਸ ਖਜੂਰ ਦੇ ਤਲੇ ਬਹਿ ਕੇ ਬੱਚਿਆਂ ਵਾਸਤੇ ਰਿਜ਼ਕ ਵੰਡਿੰਦਾ ਹੋਵੇ ਨਾ ਬੱਚਿਆਂ ਵਾਸਤੇ ਰਿਜ਼ਕ ਕਮੈਂਦਾ ਹੋਵੇ ਉਸੇ ਖਜੂਰ ਦੇ ਨਾਲ ਲਟਕਾਇਆ ਹੋਇਆ ਸੀ ਆਸਮਾਨ ਤੋਂ ਡਿੱਗ ਕੇ ਆਦੇ ਕਰੋੜ ਹਮਦਨ ਅੱਲਾਹ ਦੇ ਮੇਰੇ ਮੁਰਸ਼ਿਦ ਅਲੀ ਦਾ ਪਹਿਲਾ ਫਰਮਾਨ ਜਾਰੀ ਥੀ ਗਏ ਸਯਜ਼ਾਦਾ ਇਹਨਾਂ ਸਿਪਾਹੀ ਨੂੰ ਆਖ ਜਲਦੀ ਕਰੋ ਬਈ ਜਿਸ ਖਜੂਰ ਤਲੇ ਬਹਿ ਕੇ ਨਾ ਖਜੂਰ ਵਿੱਚ ਇਹਨਾਂ ਤੇ ਬੱਚਿਆਂ ਵਾਸਤੇ ਰਿਜ਼ਕ ਕਮੈਂਦਾ ਉਸੇ ਦੇ ਨਾਲ ਲਟਕਾਓ ਸਰ ਚਾ ਕੇ ਨਰੂ ਲਿਖਿਆ ਗੱਲ ਛੁਣ ਰਸੀਏ ਖਜੂਰ ਦੇ ਨਾਲ ਲਟਕਾ ਹੋਇਆ ਸਾਹਮਣੇ ਇਬਨ ਜ਼ਿਆਦ ਦੀ ਕੁਰਸੀ ਮੁਕੇਂਦਾ ਪਿਆ ਇਬਨ ਜ਼ਿਆਦ ਦੀ ਕੁਰਸੀ ਇਹ ਹਰਾਮੀ ਸ਼ਰਾਬ ਬਿਠਾ ਪਿੰਦੇ ਮਿਸਮ ਲਟਕਾ ਹੋਇਆ ਨਹੀਂ ਕਿਹਾ ਦੇ ਮਿਸਮ ਠੀਕ ਹੋਈ ਆਈ ਵਾ ਕਿ ਕੀ ਹੋਇਆ ਆਦੇ ਅਜਣ ਵਕਤ ਹੀ ਅਲੀਨ ਵਲੀਉਲਾ ਛੋੜ ਦੇ ਅਲੀ ਦਾ ਜ਼ਿਕਰ ਛੋੜ ਦੇ ਜਾਨ ਬਖਿਸ ਦਿਸਾਂ ਮਿਸਮ ਆਦੇ ਉਸ ਜਾਨ ਦੀ ਜ਼ਰੂਰਤ ਹੀ ਨਹੀਂ ਜਿਸਿਤ ਵਿਲਾਇਤ ਅਲੀ ਨਾ ਹੋਵੇ ਹੈਦਰੀ ਬੜੀ ਮਿਹਰਬਾਨੀ ਆਦੇ ਇਸ ਜਾਨ ਦੀ ਜ਼ਰੂਰਤ ਹੀ ਨਹੀਂ ਮੈਨੂੰ रोदी कमेंदा हावे हाथ कलम हो गए नी रोदी किवें कमेसे इब्न ज़ियाद ने कहा दे बकवास बंद कर मुर्शिद अली दा फरमान है रिज़्क मेरे अल्लाह दे तकसीम अली इब्न अबी तालिब करन उची आवाज नाल हैदरी ਇਹਦੇ ਕਿਆ ਦੇ ਮਿਸਮ ਤੂੰ ਅਲੀ ਅਲੀ ਕਰਨਾ ਨਾ ਛੁੜੇ ਸੇ ਮਿਸਮ ਆਦੇ ਮਰ ਸਕਦਾ ਹਾਂ ਕਿ ਜ਼ਬਾਨ ਕੱਟ ਗਈ ਸੀ ਜਿਸ ਨਾਲ ਅਲੀ ਅਲੀ ਕਰਨਾ ਸਰ ਚਾ ਕੇ ਮੈਨੂੰ ਲਿਖੇ ਮਿਸਮ ਆਦੇ ਮੈਂ ਚਾਹੁੰਦਾ ਮੇਰੀ ਜ਼ਬਾਨ ਕੱਟੀ ਜੇ ਤਾਂ ਕਿ ਮੁਰਸ਼ਿਦ ਅਲੀ ਦਾ ਫਰਮਾਨ ਹੋਵੇ ਪੂਰਾ ਹੋਵੇ ਵਕਤ ਤੇਰੇ ਮੁਰਸ਼ਿਦ ਅਲੀ ਆਖੇ ਤੇਰੀ ਜ਼ਬਾਨ ਕੱਟੀ ਸੀ ਮਿਸਮ ਆਦੇ ਗੱਲ ਗੌਰ ਨਾਲ ਸੁਣ ਕਮਲੀ ਮਾਂ ਦਾ ਕਮਲਾ ਪੁੱਤਰ ਨਾ ਤੇਰੀ ਜੁਰਾਤ ਹੀ ਤੂੰ ਮੈਂ ਰਸੀਆਂ ਪਵਾਵੇਂ ਹਾਂ ਨਾ ਤੇਰੀ ਜੁਰਾਤ ਹੀ ਖਜੂਰ ਨਾਲ ਲਟਕਾਵੇਂ ਹਾਂ ਨਾ ਤੇਰੀ ਜੁਰਾਤ ਹੀ ਮੇਰੇ ਹੱਥ ਕਲਮ ਕਰੇ ਹਾਂ ਨਾ ਤੇਰੀ ਜੁਰਾਤ ਹੀ ਮੇਰੀ ਜ਼ਬਾਨ ਕੱਟੇ ਮੁਰਸ਼ਿਦ ਅਲੀ ਦੇ ਫਰਮਾਨ ਪੂਰੇ ਪੈ ਹੁੰਦੇ ਨੇ ਮੈਨੂੰ ਮੁਰਸ਼ਿਦ ਅਲੀ ਫਰਮਾਇਆ ਹਾ ਮਿਸਮ ਵਿਲਾਇਤ ਅਲੀ ਦੇ ਝੂਟੇ ਗਿਨਸੇ ਸਰ ਚਾ ਕੇ ਮੈਨੂੰ ਲਿਖੇ ਆਦੇ ਮੁਰਸ਼ਿਦ ਅਲੀਆ ਕਹਾਵੀ ਜ਼ਬਾਨ ਕਟੀ ਸੀ ਆਦੇ ਜੀਆ ਇਹਦੇ ਕਿ ਆਦੇ ਮੈਂ ਕੁਰਸੀ ਲੈ ਕੇ ਵੈਂਦਾ ਪਿਆ ਜ਼ਬਾਨ ਨਹੀਂ ਕਟਦਾ ਮਿਸਮ ਆਦੇ ਹੁੰਦਾ ਕੌਣ ਹੈ ਮੁਰਸ਼ਿਦ ਅਲੀ ਦੇ ਫਰਮਾਨ ਕੋ ਝੂਠਾ ਸਾਬਤ ਕਰਨ ਵਾਲਾ ਮਿਸਮ ਆਦੇ ਕਾਇਨਾਤ ਗਰਕ ਹੋ ਸਕਦੀ ਏ ਮੇਰੇ ਮੁਰਸ਼ਿਦ ਅਲੀ ਦਾ ਫਰਮਾਨ ਝੂਠਾ ਨਹੀਂ ਹੁੰਦਾ ਉਹ ਆਖੇ ਮੈਂ ਜ਼ਬਾਨ ਨਹੀਂ ਕਟਦਾ ਨੌਕਰਾ ਕੋ ਆਖਸ ਕੁਰਸੀ ਚੋ ਮੈਂ ਇਹ ਪਿਆ ਵੈਂਦਾ ਚੰਦ ਕਦਮ ਚਾ ਕੇ ਟੁਰਨ ਲੱਗੇ ਨ ਮਿਸਮ ਦੇ ਗੱਲ ਚ ਰਸੀ ਹੱਥ ਹਨ ਕੋਈ ਨਾ ਡੇਕਿਆ ਦੇ ਕੂਫੇ ਵਾਲੇ ਲੋਗੋ ਮੇਰੇ ਹੱਥ ਕੋਈ ਨਹੀਂ ਜੋ ਰਸੀਆਂ ਖੋਲਾ ਨੇੜੇ ਥੀਓ ਮੈਂ ਉੱਚਾ ਨਹੀਂ ਬੋਲ ਸਕਦਾ ਨੇੜੇ ਆਨ ਮਿਸਮ ਕੀ ਆਖਣਾ ਚਾਹੁੰਦੇ ਆਦੇ ਨੇੜੇ ਥੀਓ ਨੇੜੇ ਥੀਓ ਨੇੜੇ ਥੀਓ ਨੇੜੇ ਥੀਓ ਨੇੜੇ ਥੀਓ ਆਖਣਾ ਕੀ ਚਾਹੁੰਦੇ ਡੇਕਿਆ ਦੇ ਨੇੜੇ ਥੀਓ ਤੋ ਕੋ ਮੁਸ਼ਕਿਲ ਕੁਸ਼ਾ ਅਲੀ ਦੇ ਅੱਜ ਮੈਂ ਉਹ ਫਜ਼ਾਇਲ ਸੁਣਾਵਾ ਜਿਹੜੇ ਮੈਂ ਮੁਹੰਮਦ ਮੁਸਤਫਾ ਦੇ ਪਾਕ ਜ਼ਬਾਨ ਚ ਸੁਣਿਆ ਇਹ ਦੇਖਿਆ ਤੇ ਜਲਦੀ ਕਰੋ ਜਲਦੀ ਕਰੋ ਜਲਦੀ ਕਰੋ ਜ਼ਬਾਨ ਕੱਟੋ ਤੱਕ ਜ਼ਿਕਰ ਅਲੀ ਨਾ ਕਰ ਸਕੇ ਜੇ ਵੇਲੇ ਨੇੜੇ ਆਉਣ ਲੱਗੇ ਛੁਰੀ ਕੱਢਨੇ ਵੀ ਜ਼ਬਾਨ ਕੱਟੂ ਮਿਸਮਾਦੇ ਹੋਵਣੇ ਹਨ ਮੁਰਸ਼ਿਦ ਅਲੀ ਦੇ ਫਰਮਾਨ ਪੂਰੇ ਹੁਣ ਤੱਕੂ ਮੈਂ ਬੈਠਾ ਆਦਾ ਤੁਹਾਡੀ ਜ਼ਰੂਰਤ ਨਹੀਂ ਪੂਰੀ ਕਾਇਨਾਤ ਅੱਲਾਹ ਦੀ ਧਰਤੀ ਤੇ ਅਲੀ ਦਾ ਨਾਮ ਮਿਟਾ ਸਕੋ ਕਿਉਂ ਮਿਸਮ ਨੇ ਕਿਹਾ ਦੇ ਇਸ ਵਾਸਤੇ ਬੈਠਾ ਆਦਾ ਹੁਣ ਮੇਰੀ ਜ਼ਬਾਨ ਕੱਟ ਕੇ ਉਹ ਕੋਈ ਇੱਕੇ ਟੁਕੜੇ ਨਹੀਂ ਰੱਖਣਾ ਤਵਜੋ ਮੇਰੇ ਪਾਸੇ ਉਹਨੇ ਕਿਹਾ ਇੱਕੇ ਟੁਕੜੇ ਕਿਉਂ ਨਾ ਰੱਖੂ ਮਿਸਮਾਦੇ ਮੈਂ ਪੰਤਨ ਪਾਕ ਦਾ ਮੁਰੀਦ ਹਾਂ ਉਹਨਾਂ ਦੇ ਸਦਕੇ ਮੇਰੀ ਜ਼ਬਾਨ ਦੇ ਤੁਸੀਂ ਕਰੋ ਪੰਜ ਟੁਕੜੇ ਉਹਨਾਂ ਕਾ ਪੰਜ ਟੁਕੜੇ ਕਿਉਂ ਕਰੂੰ ਮਿਸਮ ਲਈ ਕਿਆ ਦੇ ਹਰ ਹਰ ਬੰਦੇ ਦੀ ਹਥੇਲੀ ਤੇ ਮੇਰੀ ਜ਼ਬਾਨ ਦੇ ਇੱਕ ਟੁਕੜੇ ਨੂੰ ਰੱਖ ਦਿਵੇ ਕਿਸੇ ਨੂੰ ਕਿਸੇ ਮਕਾਨ ਤੇ ਭੇਜ ਦਿਵੇ ਕਿਸੇ ਨੂੰ ਕਿਸੇ ਗਲੀ 'ਚ ਭੇਜ ਦਿਵੇ ਕਹੇ ਨੂੰ ਘਰ ਭੇਜ ਦਿਵੇ ਕਹੇ ਨੂੰ ਕਈ ਕੋਨ 'ਚ ਭੇਜ ਦਿਵੇ ਮਿਸਮ ਆਦੇ ਹਿੱਕੇ ਮਿੰਟ ਹਿੱਕੇ ਸਕਿੰਟ ਹਿੱਕੇ ਲਮਹੇ 'ਚ ਹਰ ਟੁਕੜੇ ਵਿੱਚੋਂ ਸਦਾਏ ਅਲੀ ਬਲੰਦ ਨਾ ਥਈ ਅਲੀਨ ਵਲੀਉੱਲਾ ਪੜ੍ਹਨ ਦਾ ਫਾਇਦਾ ਹੀ ਕਿਆ ਹੈਦਰੀ ਬੜੀ ਮਿਹਰਬਾਨੀ ਹਰ ਟੁਕੜੇ ਵਿੱਚ ਸਦਾਏ ਅਲੀ ਬੁਲੰਦ ਨਾ ਹੋਈ ਅਲੀਨ ਵਲੀ ਉਲਾ ਪੜਨ ਦਾ ਫਾਇਦਾ ਹੀ ਕਿਆ ਹਰ ਬੰਦਾ ਮਿਸਮ ਮਿਜ਼ਾਜ ਹੋਵੇ ਹਾ ਹਰ ਬੰਦਾ ਵਿਲਾਇਤ ਅਲੀ ਪੜਦਾ ਹੋਵੇ ਹਾ ਗੈਰਤ ਆਲੇ ਮੈਦਾਨ ਕਰਬਲਾ ਚ ਨਾ ਅਲੀ ਦੇ ਬੱਚੜੇ ਮਾਰੇ ਵੰਜੇ ਨਾ ਅੱਲਾਹ ਤੁਹਾਡੀ ਇਬਾਦਤ ਕਬੂਲ ਕਰੇ ਨਾ ਅਲੀ ਦੀਆਂ ਧੀਆਂ ਰੁਲੇ ਨਾ ਸਾਡਾ ਘਰ ਏ ਅਸਾਂ ਬਾਨੀ ਏ ਸਾਦਾਤ ਸਾਡੇ ਮੁਹਸਨ ਅੱਲਾਹ ਇਹਨਾਂ ਦੀ ਕੁੜੀ ਵਿਛਾਈ ਕਬੂਲ ਕਰੇ ਲੰਬੇ ਪੜੋ ਜਾਂ ਥੋੜ੍ਹਾ ਕੋਈ ਫਰਕ ਨਹੀਂ ਪਾਉਂਦਾ ਹਾਜ਼ਰੀ ਹੋ ਗਈ ਅੱਲਾਹ ਇਬਾਦਤ ਕਬੂਲ ਕਰੇ
मिट्टी ते बह के रोवण वाले तुहाडे साडे पुत्रां नूं कंढे ही लग पवे ना सैयदादा सबरदाश्त नहीं करन दे। मैदान करबला च मजलूम दे बचड़े दे लाशां ते घोड़े भजाए गए। वाह वाह धीआं नूं तमाचे भी लगन चादरां भी लुटियां गई। गैरत आले अल्लाह तुरी इबादत कबूल फरमावे। मैदान करबला च बस ज्यादा तो ज्यादा पंज या छे मिनट की हाजरी लत्था बैठे आदा बैठे कोई है जड़ा मैं मुसाफिर की मदद करे, कोई है जड़ा मेरे टुर वंजन तो बाद मेरिया भेणा नु बाइज्जत मदीने पहुंचा। गरीब दे गुरबत दा होकर सुनिया तो हर कहे लेकिन जिमें मासूम सुनिया इन कह नहीं सुनिया। गैरत आले ओ इन हाथ बन के आ दिए पुपिया मां जी त्रीजी दफा बैठा दे लोगों में गरीब हूं लोगों में मजलूम हूं मैं इजाजत दे न बे बाबे को मिलन वेनिया। बीबी आदि किवे वैसे नेजे नाल नेजन तलवारी नाल तलवारी घोड़े नाल घोड़ा दुश्मन नाल दुश्मन आदि प्यो की मुहब्बत च लगी वैसा आदि जरूर वेंदी तो कल्या ना वन डाडी फिजा को ना ला के वन गैरा तलो बीबी फिजा को ना ला के टुरीए मिंबर की कसम में औखे सैन टुरी सर चा के मेरे देखा कहना दिल लुके माफी दिवे। एक बेगैरत को मेरी सैन पूछे कितने मेरा बाबा डिठ सैयदादा माफ करे ये देख दे तेरे बाबे का ना के है। बीबी ने क्या दिया बिस्मिल्लाहिर्रहमानिर्रहीम बादशाह हुसैन इब्न अली। गैरत आले वो लफ्स नहीं मुके इस रंग नाल कमीने दसे जो मासूमा मिट्टी ते जान पई निके निके हाथ बन के आ दिया हया नीवी आंदा पुछ दी बाबे दा हां मरेंदा तमाचे है नौ मरतबा मखदूमा पुछे नौ मरतबा तमाचे लगे औखिया पहुंची बाबे कोल मजलूम दी केड़ी हालत है नो के तलवार ते मत्था हिक नाल हिक हो के गरीब बैठे धी नेड़े आ खड़ी ओ मेरा मजलूम बाबा मेरा सलाम होवी सैयदा दे अलैका सलाम। बीबी आदी बाबा मैं बड़े औखे आई हुण गरीब नहीं बोलिया रोवण आले रो के आदी बाबा मैं तमाचे झलेंदी शबीर नहीं बोलिया चुप करके ना मासूम डाडी दो देखिया दी वाले जो लो मैनू बाबा बोले नहीं कोई नहीं बाबा सुनने दही कोई नहीं इनु दी पिछा टुरी उनु जबरील कदम ते हाथ ला के आदे अल्लाह पिया दे बस कर मेरे अर्श डहाणा ले मेरे मलाइक परोंदे न मेरे अंबिया परोंदे न हुसैन जल्दी कर अपनी धी को पिछा ते बुला। गरीब पिछा बुले बेटा मिलदी ने आदि बाबा मिलना ही तू संबुले ना हवे गरीब आदि बहन दे सफर च मसरूफ हम बहन दे सफर में ठगड़ें हम आ मेरी बछड़ी गरीब बाबे को गल दे ना ला सैदो मिंबर दी कसम है धी ते प्यो गल दे नाम लगन हुण माफी देवे मेरी सैण बाबे नो गल दे नाल नहीं ला सकी क्यों बीबी दे चाचा सी हाथ छोटे हैं तीरां दियां कहानियां लंबियां हैं आदि बाबा खाली वली वेंदिया सैयदा दे कंड कर तेरे वास्ते मैं बिस्तर तैयार कर धी कंड कीती है मेरे इमाम पहले तीर च हाथ पे माफी देवे रोवण आले ओ पहला तीर मेरे इमाम छिके ता खून बहरे देला की ता मजलूम नु मुकान देवे दूजा छिके ता मजलूम दे जिगर चुभई जान गोश्त बहर हुण माफी देवे त्रीजा पिया छिकेंदा हा या हड्डिया च कड़काड़े पैदा थैन धी पिछा दो डेकया दिए ना छेक मैरा दिया ओ बाबा तू तीर छिकेंदे तेरिया हड्डिया च कड़काड़े पैदा होंगे गरीबा दे मिलन जो आइए गरीब बाबे को मिल के वन अल्लाह गवाह मिट्टियां ते बह के मुकार दे वाला ले ओ सतारा तीर मेरे इमाम चिकन ते जमीन ते भवन रो वाला ले ओ दी कुगल दे ना लाया ने फरमेंद नाल दे बीबी आदिये बाबा मैं तमाचे झले दी आई बाबा मेरे भेरा मारे गए न बाबा लहजे दे बाद मैं यतीम हो गणे
हुसैना दे अजड़ा मुहर्रम मेरे बचड़े मारे गैन मेरे भिरा मारे गैन भतरीजे मारे गैन मेरे साहबी मारे गैन मैं लावे द मेहमाना मैं वसीयत बैठा करे ना मेरे तुर वंजण तो बाद मेरी भैणा नु तंग न करे सैयदा दे जितने दरवी समवने उन्ना मेरे बाद जेवर पाके शाम वंजने मरहबा अल्लाह तुरी इबादत कबूल करे सैयदादा तुरी मुकान मौलक कबूल फरमावे मिट्टिया ते बह के मुकान दे मना ले ओ बीबिया दिए बाबा तेरी वसीयत ते सैयदा दे जिया हाथ बन के आ दिए मैं धिया मेरी गुजारे सुनो तुहाडी शहादत लेके अपनी मौत तक मैं वादा पे करे दिया केड़ा वादा दिए जड़ा सजाद मेरा जनाजा चैसिया मैं पत्थरा ते सोती पियो सा ओ बाबा पहले समझा यतीम मिट्टिया ते कीवे समदे अल्लाह तुहाडी इबादत कबूल फरमावे प्यो ते धी गल्ला बैठे करेंदे आन एक बेगैरा ते गरीब दे सामने आ खड़े आदे हुसैन के लगदी ऐ मजलूम फरमेंदन धीए आदे तू टुरेंदे या मैं आप टोरा गरीब आदे हया कर कंड कर मैं टुरे जालिम कंड कीते मेरे इमाम दी दिया चोटियां चुमिए न हौले हौले फरमेंदन बचड़ा ए जालिमे हया न करे सिया लगी वाना अम्मा फिजा जी हुसैन दे मिन्नत ला मेरी धी को खेमे पुछा वता नाले ओ फिजा जाके टोर पये सैन दमो खेमे आले पासे बीबी दमो बाबे आले पासे और माफे डिवाए धी टुर पइए सत कदमा ते आके खड़ गइए जवार साहब सत्तर कदम ते भेड़ कुरान चई खड़ी आवी सात कदमा ते धी खड़ी आई जिथा शिमर हाथ ना पहुंचदा है हाथ बाल के बैठी आ दिया नमार मेरा तस्सा बाबे आदि घड़िए नमार इंदे छुड़ावण आला कोई नहीं है अल्लाह तुहाडी मुकार कबूल फरमावे बीबी दी एक गल शिमर नहीं मनी रोवण आले ओ जरबा लगदिया रही है न बीबी मिन्ता करदी रही है मैं किने लुका ना भी जरा बचलिए बीबी खंजर चाके हाथ पाए अल्लाह गवाए बेगैरत खंजर रखे मासूमा दे जुल्फा च हाथ पे ओए सिला के आले ओ शिमर तमाचा मारे जल्दी दे नाल बीबी दौड़ पिए ऊंचात लगी आई जिथा पास सुता होया रो रो के बैठिया दिए पिया साहिब काठ काठ है वो कताल करे दई मेरे प्यो कोश मेर वो कमीना हर जरब तेडा है वो नाचें दे इस मत दा पाक नगीना रोवना ले ओ माफ़ दे मेरी जुर्रत नहीं है तेरा जरबा चल गई है ना अल्लाह गवाए कुरान ते दो टुकड़े थे ना हरामी जुल्फा च हाथ पाक टुरे एहसास के वदा दे आजा लुटलिए चादर वो इदी भेड़ उड़ी दा उदा कर ले सर उरिया ले उतू पुछना है अल्लाह अल्लाह अल्लाह।